ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਸ਼ਹੂੜਾ ਜ਼ਿਲ੍ਹਾ ਅੰਮ੍ਰਿਤਸਰ ਸ਼ਹੀਦ ਅਕਾਲਜ ਸਿੰਘ ਹੋਣਾ ਦੇ ਘਰ ਜਿਹੜੇ ਕਿ 1965 ਦੀ ਲੜਾਈ ਦੇ ਵਿੱਚ ਚੀਨ ਦੇ ਬਾਰਡਰ ਤੇ ਸ਼ਹੀਦ ਹੋਏ ਸਨ 4th Horse ਰੈਜੀਮੈਂਟ ਦੇ ਸਿਪਾਹੀ ਸਨ ਔਰ ਸਰਦਾਰ ਅਕਾਲਜ ਸਿੰਘ ਹੋਣਾ ਦਾ ਜਨਮ ਇਸੇ ਘਰ ਦੇ ਵਿੱਚ 1940 ਦੇ ਵਿੱਚ ਹੋਇਆ ਸੀ ਸਰਦਾਰ ਮਾਨ ਸਿੰਘ ਹੋਣਾ ਦੇ ਘਰ ਔਰ 1965 ਦੀ ਲੜਾਈ ਦੇ ਵਿੱਚ ਉਹ ਸ਼ਹੀਦ ਹੋਏ ਉਹਨਾਂ ਦੇ ਵਾਈਫ ਸ਼੍ਰੀਮਤੀ ਸਵਰਨ ਕੌਰ ਜਿਨ੍ਹਾਂ ਨੂੰ ਪੂਰੇ ਪਰਿਵਾਰ ਨੂੰ ਅੱਜ ਜਿਹੜਾ ਸਨਮਾਨਿਤ ਜਿਹੜਾ ਕੀਤਾ ਜਾ ਰਿਹਾ ਸੋ ਅਸੀਂ ਪਹੁੰਚੇ ਉਹਨਾਂ ਦੇ ਗ੍ਰਹਿ ਵਿਖੇ ਸ਼੍ਰੀਮਤੀ ਸਵਰਨ ਕੌਰ ਜੀ ਪੂਰੀ ਫੈਮਿਲੀ ਇੱਥੇ ਪਹੁੰਚੀ ਹੋਈ ਹੈ ਔਰ ਬੜਾ ਮਾਣ ਮਹਿਸੂਸ ਕਰਦੇ ਨੇ ਸ਼ਹੀਦ ਕਾਰਨ ਸਿੰਘ ਹੋਣਾ ਦੇ ਅਤੇ NCC ਕੈਡਟਸ ਔਰ ਸਕੂਲ ਤੋਂ ਇਹਨਾਂ ਦੇ ਟੀਚਰ ਅਧਿਆਪਕ ਸਾਹਿਬਾਨ ਜਿਨ੍ਹਾਂ ਕਿ ਉਸ ਵੇਲੇ ਜਿਹੜੇ ਸਕੂਲ 'ਚ ਇਹਨਾਂ ਪੜ੍ਹਾਈ ਪ੍ਰਾਪਤ ਕੀਤੀ ਸੀ ਵਿੱਦਿਆ ਗ੍ਰਹਿਣ ਕੀਤੀ ਸੀ ਸ਼ਹੀਦ ਅਕਾਲਜ ਸਿੰਘ ਪਿੰਡ ਸ਼ਹੂੜਾ ਅੱਜ ਅਸੀਂ ਪਹੁੰਚੇ ਹਾਂ ਜੀ ਸ਼ਹੀਦ ਅਕਾਲਜ ਸਿੰਘ ਦੇ ਗ੍ਰਹਿ ਵਿਖੇ ਜਿੱਥੇ ਕਿ ਆਪਾਂ ਉਹਨਾਂ ਦੇ ਵਾਈਫ ਸ਼੍ਰੀਮਤੀ ਸਵਰਨ ਕੌਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਤੁਸੀਂ ਦੱਸੋ ਕਿਉਂਕਿ ਸਰਦਾਰ ਅਕਾਲਜ ਸਿੰਘ ਜੀ ਕਿਹੜੀ ਲੜਾਈ 'ਚ ਸ਼ਹੀਦ ਹੋਏ ਸੀ ਜੀ 65 ਦੀ ਲੜਾਈ 1965 ਦੀ ਲੜਾਈ ਠੀਕ ਹੈ ਜੀ ਅਤੇ ਉਦੋਂ ਆਪਣੇ ਬੱਚੇ ਕਿਹੜੇ ਕਿਹੜੇ ਸੀ ਉਹਨਾਂ ਦੇ ਬੱਚੇ ਉਦੋਂ ਨਿੱਕੇ ਨਿੱਕੇ ਸੀ ਇੱਕ ਬੱਚੇ ਤਾਂ ਵੱਡੇ ਆਹ ਸਿਉਂ ਸਾਹਿਬਾਂ ਦਾ ਸੀ ਅਤੇ ਦੂਜਾ ਨਮਕ ਸਾਹਿਬਾਂ ਦਾ ਸੀ ਠੀਕ ਹੈ ਜੀ ਸਿਉਂ ਪੰਜਾਂ ਸਾਹਿਬਾਂ ਦਾ ਅਤੇ ਪੈਨਸ਼ਨ ਵਗੈਰਾ ਮਿਲਦੀ ਜਾਂਦੀ ਕੋਈ ਪ੍ਰੋਬਲਮ ਤਾਂ ਨਹੀਂ ਜੀ ਪੈਨਸ਼ਨ ਮਿਲਦੀ ਚਲੋ ਇਹ ਆ ਵੀ ਤੁਹਾਨੂੰ ਕਿੰਨਾ ਕੁ ਬੜਾ ਮਾਣ ਹੋਣਾ ਕਿ ਉਹ ਸ਼ਹੀਦ ਹੋਏ ਤੁਹਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਣਾ ਕਿਉਂਕਿ ਬਹੁਤ ਯਾਦਗਾਰ ਆਈਆਂ ਯਾਦਗਾਰ ਤੋਂ ਯਾਦਗਾਰ ਮੁਸ਼ਕਲਾਂ ਆਈਆਂ ਅਤੇ ਵੈਸੇ ਤੁਹਾਨੂੰ ਫਖਰ ਮਹਿਸੂਸ ਮਾਣ ਮਹਿਸੂਸ ਹੁੰਦਾ ਹੋਣਾ ਵੀ ਤੁਹਾਡਾ ਜਿਹੜਾ ਪਤੀ ਸੀ ਉਹਨਾਂ ਨੇ ਆਪਣੀ ਜਾਨ ਗਵਾਈ ਲੇਕਿਨ ਦੇਸ਼ ਦੀ ਰੱਖਿਆ ਦੇ ਵਿੱਚ ਸ਼ਹੀਦ ਹੋਏ ਆ ਅਤੇ ਇਹ ਮਾਣ ਮਹਿਸੂਸ ਵੀ ਹੁੰਦਾ ਹੋਏਗਾ ਤੁਹਾਨੂੰ ਮਾਣ ਤਾਂ ਹੈਗਾ ਸੀ ਅਸੀਂ ਤਾਂ ਬਤਾਉਂਦੇ ਹਾਂ ਖੰਡ ਪਾਠ ਵਧਾ ਕਰਾਉਂਦੇ ਹਾਂ ਦੇਸੀ ਬੀਬਿਆਂ ਦਾ ਬਾਅਦ ਧੂਮਧਾਮ ਨਾਲ ਮਨਾਉਂਦੇ ਹਾਂ ਇਹ ਕਦੋਂ ਮਨਾਇਆ ਜਾਂਦਾ ਸ਼ਹੀਦੀ ਦਾ 14 ਸਤੰਬਰ ਬਸਾਤ ਪੈਂਦੀ ਹੋ ਗਈ ਆ 14 ਸਤੰਬਰ ਅਤੇ ਸਾਰੇ ਪਿੰਡ ਵਾਲੇ ਮਨਾਉਂਦੇ ਜੀ ਸਾਰੇ ਨਾ ਅਸੀਂ ਆਪ ਮਨਾਉਂਦੇ ਹਾਂ ਅਤੇ ਪਿੰਡ ਵਾਲੇ ਵੀ ਜੇ 7 ਮਿੰਟ ਪਾ ਦਿੰਦੇ ਨੇ ਜੇ ਨਾ ਪਾਵੇ ਕੋਈ ਤਾਂ ਨਾ ਪਾਵੇ ਅੱਗੇ ਤਾਂ ਉਹਨਾਂ ਦੇਖ ਕੇ ਸੀ ਪੰਜਾਬ ਦੇ ਜਿਹਦੇ ਵਿੱਚ ਨਾ ਉਹ ਆਉਂਦੇ ਹੁੰਦੇ ਸੀ ਕੋਈ ਸੱਪ ਆ ਜਾਂਦੇ ਸੀ ਹੁਣ ਨਹੀਂ ਕਦੀ ਕੋਈ ਆ ਜਾਂਦਾ ਅਤੇ ਆਪਣੇ ਯਾਦਗਾਰ ਵੀ ਕੋਈ ਬਣੀ ਜੀ ਇਹਨਾਂ ਦੀ ਯਾਦਗਾਰ ਉੱਥੇ ਗੇਟ ਬਣਿਆ ਠੀਕ ਹੈ ਜੀ ਕੋਈ ਹੋਰ ਯਾਦ ਗੇਟ ਤੋਂ ਇਲਾਵਾ ਕੋਈ ਯਾਦਗਾਰ ਨਹੀਂ ਬਣੀ ਧੰਨਵਾਦ ਜੀ ਸਰਦਾਰ ਸੁਰਜੀਤ ਸਿੰਘ ਜੀ ਸਰਕਾਰੀ ਹਾਈ ਸਕੂਲ ਛੂੜੇ ਤੋਂ ਆਏ ਨੇ ਕਿਉਂਕਿ ਸ਼ਹੀਦ ਅਕਾਲਜ ਸਿੰਘ ਜੀ ਇਸੇ ਪਿੰਡ ਤੋਂ 5ਵੀਂ ਕਲਾਸ ਪਾਸ ਕੀਤੀ ਸੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਤੁਹਾਨੂੰ ਕਿਸ ਤਰ੍ਹਾਂ ਫੀਲ ਹੁੰਦਾ ਸ਼ਹੀਦ ਅਕਾਲਜ ਸਿੰਘ ਜੀ ਤੁਹਾਡੇ ਪਿੰਡ ਦੇ ਸਕੂਲ 'ਚੋਂ ਹੀ ਉਹਨਾਂ ਨੇ ਪੜ੍ਹਾਈ ਕੀਤੀ ਸੀ ਸਰ ਇਹ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈਗੀ ਆ ਕਿ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਕਿ ਸਰਦਾਰ ਅਕਾਲਜ ਸਿੰਘ ਸ਼ਹੀਦ ਜੋ ਕਿ ਸਾਡੇ ਹੀ ਪ੍ਰਾਇਮਰੀ ਸਕੂਲ ਤੋਂ ਉਹਨਾਂ ਨੇ ਵਿਦਿਆ ਹਾਸਲ ਕੀਤੀ ਅਤੇ ਫਿਰ ਉੱਚ ਵਿਦਿਆ ਦੇ ਵਾਸਤੇ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਾਲੀ ਵਿਖੇ ਦਾਖਲ ਹੋਏ ਅਤੇ ਬਾਅਦ ਵਿੱਚ ਉਹ ਭਾਰਤੀ ਸੈਨਾ 'ਚ ਭਰਤੀ ਹੋਏ ਦੇਸ਼ ਦੀ ਸੇਵਾ ਕਰਦੇ ਹੋਏ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਧੰਨਵਾਦ ਜੀ ਮਿਹਰਬਾਨੀ